ਤਸਵੀਰਾਂ ਦੇ ਵਿੱਚ ਸਿਰ ਫੜ ਕੇ ਖੜੇ ਇਸ ਨੌਜਵਾਨ ਦੀ ਰੱਜ ਕੇ ਛਿੱਤਰ ਪਰੇਡ ਹੋਈ ਹੈ ਤੇ ਛਿੱਤਰ ਪਰੇਡ ਵੀ ਕੁੜੀ ਦੇ ਪਿਓ ਵੱਲੋਂ ਕੀਤੀ ਗਈ ਹੈ ਜਿਸ ਨੂੰ ਇਹ ਨਿਊ ਈਅਰ ਵਿਸ਼ ਕਰਨ ਕਿਹਾ ਸੀ। ਦਰਅਸਲ ਇੱਕ ਆਸ਼ਿਕ ਹੈ ਜੋ ਆਪਣੀ ਸਹੇਲੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਦੇ ਲਈ ਸਾਲ ਦੇ ਆਖਰੀ ਦਿਨ ਉਸਦੇ ਘਰ ਚਲਾ ਗਿਆ ਤਾਂ ਉੱਥੇ ਹੀ ਕੁੜੀ ਦੇ ਪਿਓ ਨੇ ਛੱਤ ਤੇ ਘੁੰਮਦੇ ਨੂੰ ਜਦੋਂ ਦੇਖਿਆ ਤਾਂ ਫਿਰ ਡੰਡਾ ਲੈ ਕੇ ਇਸ ਨੌਜਵਾਨ ਦੀ ਛਿੱਤਰ ਪਰੇਡ ਕਰ ਦਿੱਤੀ। ਪਿਓ ਨੂੰ ਆਉਂਦਿਆਂ ਦੇਖ ਕੇ ਇਸ ਮੁੰਡੇ ਨੇ ਘਰ ਦੀ ਛੱਤ ਤੋਂ ਹੀ ਛਾਲ ਮਾਰ ਦਿੱਤੀ ਜਿਸ ਕਰਕੇ ਜ਼ਖਮੀ ਹੋ ਗਿਆ ਤੇ ਫਿਰ ਇਸ ਕੋ ਭੱਜਿਆ ਨਹੀਂ ਗਿਆ। ਉੱਥੇ ਹੀ ਪਿਓ ਦੇ ਵੱਲੋਂ ਇਸ ਨੂੰ ਫੜ ਕੇ ਇਸ ਦਾ ਰੱਜ ਕੇ ਕੁਟਾਪਾ ਚਾੜਿਆ ਗਿਆ ਜਿੱਥੇ ਲੋਕਾਂ ਦਾ ਇਕੱਠ ਵੀ ਹੋਇਆ। ਪਿਓ ਤਾਂ ਇਸ ਨੂੰ ਚੋਰ ਚੋਰ ਕਹਿ ਕੇ ਕੁੱਟਦਾ ਰਿਹਾ ਪਰ ਇਸ ਨੇ ਬਾਅਦ ਵਿੱਚ ਦੱਸਿਆ ਕਿ ਇਸ ਨੂੰ ਕੁੜੀ ਨੇ ਖੁਦ ਘਰ 'ਚ ਬੁਲਾਇਆ ਸੀ। ਇਹ ਤਸਵੀਰਾਂ ਜਲਾਲਾਬਾਦ ਦੇ ਇੱਕ ਇਲਾਕੇ ਦੀਆਂ ਨੇ ਜਿੱਥੇ ਇੱਕ ਘਰ ਦੇ ਵਿੱਚ ਵੜੇ ਇਸ ਮੁੰਡੇ ਦੀ ਜਿਸ ਨੂੰ ਆਸ਼ਿਕ ਕਿਹਾ ਜਾ ਰਿਹਾ ਹੈ ਰੱਜ ਕੇ ਛਿੱਤਰ ਪਰੇਡ ਹੋਈ ਹੈ। ਇਸ ਲੜਕੇ ਦਾ ਕਹਿਣਾ ਹੈ ਕਿ ਉਸਨੂੰ ਲੜਕੀ ਨੇ ਬੁਲਾਇਆ ਸੀ ਜਿਸ ਕਰਕੇ ਉਹ ਘਰ 'ਚ ਗਿਆ ਸੀ। ਪਿਓ ਦਾ ਵੀ ਕਹਿਣਾ ਹੈ ਕਿ ਲੜਕੀ ਘਰ ਕੱਲੀ ਸੀ ਤੇ ਇਹ ਚੋਰ ਉਸਦੇ ਘਰ ਵੜ ਗਿਆ, ਘਰ ਦੀ ਛੱਤ ਤੇ ਘੁੰਮ ਰਿਹਾ ਸੀ ਜਿਸ ਨੂੰ ਉਸਨੇ ਦੇਖ ਲਿਆ ਤਾਂ ਫਿਰ ਉਸਦੇ ਮਗਰ ਡੰਡਾ ਲੈ ਕੇ ਦੌੜਿਆ ਪਰ ਇਸ ਮੁੰਡੇ ਨੇ ਪਹਿਲਾਂ ਹੀ ਛੱਤ ਤੋਂ ਛਾਲ ਮਾਰ ਦਿੱਤੀ ਜਿਸ ਕਰਕੇ ਜ਼ਖਮੀ ਹੋ ਗਿਆ ਤੇ ਫਿਰ ਇਸ ਕੋ ਭੱਜਿਆ ਨਹੀਂ ਗਿਆ। ਰੋਲਾ ਪਾਉਣ ਦੇ ਥੱਲੇ ਲੋਕ ਵੀ ਇਕੱਠੇ ਹੋ ਗਏ ਅਤੇ ਫਿਰ ਇਸ ਕੁੜੀ ਦੇ ਪਿਓ ਦੇ ਵੱਲੋਂ ਇਸ ਮੁੰਡੇ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਗਈ। ਡੰਡੇ ਮਾਰ ਮਾਰ ਕੇ ਸਿਰ ਤੱਕ ਪਾੜ ਦਿੱਤਾ ਗਿਆ ਜਿਸ ਕਰਕੇ ਕਾਫੀ ਖੂਨ ਵੀ ਵਗਿਆ। ਮੌਕੇ ਤੇ ਪਹੁੰਚੀ ਪੁਲਿਸ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਇੱਥੇ ਇੱਕ ਘਰ 'ਚ ਚੋਰ ਵੜਿਆ ਤੇ ਉਸਨੂੰ ਫੜ ਲਿਆ ਗਿਆ ਪਰ ਲੜਕੇ ਦਾ ਕਹਿਣਾ ਹੈ ਕਿ ਉਸਨੂੰ ਲੜਕੀ ਨੇ ਬੁਲਾਇਆ ਸੀ। ਫਿਲਹਾਲ ਲੜਕੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ, ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਹੋਏਗੀ। ਸਾਨੂੰ ਫੋਨ ਆਇਆ ਕਿ ਕੋਈ ਬੰਦਾ ਫੜਿਆ ਵੀ ਕਹਿੰਦਾ ਚੋਰੀ ਦੇ ਸਮਾਨ 'ਚ ਜਿਹੜੇ ਘਰੇ ਲੰਘਿਆ ਤੇ ਆ ਕੇ ਦੇਖਿਆ ਤਾਂ ਉਹਦੇ ਸਿਰ 'ਤੇ ਸੱਟ ਲੱਗੀ ਹੋਈ ਆ। ਸਾਰੇ ਪਬਲਿਕ ਦੇ ਸਾਹਮਣੇ ਦੇਖਿਆ ਸਿਰ 'ਤੇ ਸੱਟ ਲੱਗੀ ਹੋਈ ਆ, ਇਹ ਪਾਰਕ ਦੇ ਸਾਹਮਣੇ ਆ ਜੀ ਰੋਡ ਦੇ। ਕਹਿੰਦਾ ਹੁਣ ਵੇਖਿਆ ਉਹ ਤਾਂ ਪਹਿਲਾਂ ਮਤਲਬ ਦੋ ਵਾਲੀ ਕਾਰਵਾਈ ਹੋਈ।